विनिंग पंजाब दा स्पेशल प्रोग्राम देख रहे हो तुसी ते मैं हां लखविंदर सिंह मान लेके हाजिर हाँ पंजाब दी राजनीति दियां कुछ बड़ियां ते अहम खबरां। सब तो पहला गलबात करांगे अज सीएम चन्नी दे वल्लों बड़े ऐलान किए गए ने जिन्हां दे नाल साडे पंजाब वासियां नूं बड़े लंबे टाइम तो बाद राहत मिली है। सरकार दे वल्ल जिहड़े उम्मीदां दे नाल देख रहे सी थोड़ी जी राहत मिली है, किस तरह की राहत मिली है, किहड़े किहड़े वड्डे फैसले आए ने अज सीएम चन्नी दे वल्लों उस बारे गलबात करांगे। गलबात करांगे नवजोत सिंह सिद्धू की जित की शुरुआत होनी शुरू हो गया, जिहड़े मामले लैके वह खड़े सी उन्होंने उपर जित मिलनी शुरू हो चुकी है नवजोत सिंह सिद्धू नूं। ते आउण वाले समय दे विच की जिस तरह हुण सिद्धू दी गल्लां मन्नियां गईआं नेगीआं सीएम वल्लों जां हाईकमान दे वल्लों, आउण वाले समय दे विच की नवजोत सिंह सिद्धू सीएम चन्नी दे नाल हुण रल के काम करनगे, जो बाकी मुद्दे रहिंदे ने उहनां नूं सुलझाउण दे विच सीएम चन्नी दा साथ देणगे, जां फिर सीएम चन्नी दे उपर उस तरह ही वार करदे नजर आउणगे। ते नाल ही नाल इस बारे गल्लबात वी करांगे कि आउण वाले समय दे विच हुण पंजाब दे राजनीति समीकरण किस तरह बदलणगे। सो इस सारे कामों बारे सारे मुद्दों से गलबात करने के लिए मेरे नाल जुड़े हुए हैं प्रोफेसर मनजीत अणखी जी। सब तो पहला स्वागत करांगे अणखी साहब, प्रोग्राम में स्वागत है जी। सत श्री अकाल जी। तो अणखी साहब पहला तो बहुत बहुत तुहानू मुबारकां दई असी, क्योंकि एक बड़ा फैसला आया जिहदे विच तुहानू एक बड़ी बड़ी राहत मिलन लगी है, सो वह तुसीं भी दस दोगे। तो नाल ही नाल हुण आपां गल करिए जेकर सीएम चन्नी दे वड्डे फैसले, जिवें उन्होंने कल ट्वीट किया कि बड़ा फैसला आएगा, ਵੱਡਾ ਫੈਸਲਾ ਜਿਵੇਂ ਆਪਾਂ ਪਹਿਲਾਂ ਐਨਾਲਿਸਿਸ ਕਰ ਚੁੱਕੇ ਸੀ ਇਸ ਗੱਲ ਦਾ, ਵੱਡਾ ਫੈਸਲਾ ਮਾਈਨਿੰਗ ਨੂੰ ਲੈ ਕੇ ਆਏਗਾ ਤੁਸੀਂ ਐਨਾਲਿਸਿਸ ਕੀਤਾ ਸੀ, ਤੇ ਦੂਸਰਾ ਵੱਡਾ ਫੈਸਲਾ ਹੋ ਸਕਦਾ ਹੈ ਕੱਚੇ ਕਰਮਚਾਰੀਆਂ ਨੂੰ ਲੈ ਕੇ, ਵੀ ਪੱਕੇ ਕਰਨ ਦੀ ਜਿੰਨੇ ਵੀ ਕਰਮਚਾਰੀ ਪੰਜਾਬ ਦੇ ਵਿੱਚ ਨੇ ਕੱਚੇ। ਸੋ ਤੁਹਾਡੇ ਦੋਵੇਂ ਐਨਾਲਿਸਿਸ 101% ਸਟੀਕ ਲੱਗੇ ਨੇਗੇ, ਮਾਈਨਿੰਗ ਦੀ ਗੱਲ ਵੀ ਅੱਜ ਹੋਈ ਹੈ ਤੇ ਨਾਲ ਹੀ ਨਾਲ ਕੱਚੇ ਮੁਲਾਜ਼ਮਾਂ ਦੀ ਗੱਲ ਹੋਈ ਹੈ। ਕਿਵੇਂ ਦੇਖ ਰਹੇ ਹੋ ਕਿੰਨਾ ਵੱਡਾ ਫੈਸਲਾ ਪੰਜਾਬ ਵਾਸੀਆਂ ਲਈ, ਪੰਜਾਬ ਦੇ ਯੂਥ ਲਈ ਤੇ ਪੰਜਾਬ ਦੇ ਉਹਨਾਂ ਵਰਗਾਂ ਦੇ ਲਈ ਜਿਨ੍ਹਾਂ ਵਰਗਾਂ ਨੇ ਅਜੇ ਆਪਣੇ ਘਰ ਬਣਾਉਣੇ ਨੇ, ਜਿਨ੍ਹਾਂ ਨੇ ਆਪਣੀ ਆਸ਼ਾ ਨੇ ਸਜਾਉਣੇ ਨੇ, ਰੇਤਾ ਸਸਤਾ ਹੋਣ ਲੱਗਿਆ, ਕਿਵੇਂ ਦੇਖ ਰਹੇ ਹੋ ਪੰਜਾਬ ਸਰਕਾਰ ਦੇ ਵੱਡੇ ਫੈਸਲੇ? ਮਾਨ ਸਾਹਿਬ, ਇਸ ਤਰ੍ਹਾਂ ਹੈ ਕਿ ਪਹਿਲਾਂ ਤਾਂ ਤੁਸੀਂ ਦਿੱਤੀ ਮੈਨੂੰ ਵਧਾਈ, ਵਧਾਈ ਜਿਹੜੀ ਹੈ ਕਿ ਇੱਕ ਪਰਿਵਾਰਕ ਮੈਂਬਰ ਜਿਹੜਾ ਗੌਰਮੈਂਟ ਜੋਬ ਦੇ ਵਿੱਚ ਪਿਛਲੇ 10 ਸਾਲਾਂ ਤੋਂ ਜਾਂ 12 ਸਾਲ ਹੋ ਚੱਲੇ ਜਿਹੜੇ ਧੱਕੇ ਖਾ ਰਹੀ, ਅਤੇ ਅੱਜ ਉਹਨਾਂ ਨੂੰ ਇਹ ਸਰਕਾਰ ਦੇ ਜਿਹੜਾ 36,100 ਮੁਲਾਜ਼ਮ ਭਰਤੀ ਕੀਤਾ ਉਹਦੇ ਵਿੱਚ ਲੈਣ ਦਾ। ਪਰ ਜਿਸ ਤਰੀਕੇ ਦੇ ਨਾਲ ਮੈਂ ਸਿਰਫ ਤੁਹਾਡੀ ਮੁਬਾਰਕਬਾਦ ਦਾ ਜਵਾਬ ਦੇ ਕੇ ਫਿਰ ਇਸ ਬੰਨੇ ਤੁਹਾਡੀ ਮੁਬਾਰਕਬਾਦ ਸਿਰ ਮੱਥੇ, ਪਰ ਉਹ ਹੁੰਦਾ ਨਾ ਕਿ ਜਿਸ ਤਰ੍ਹਾਂ ਇੱਕ ਅਖਾਣ ਆ ਕਿ ਗਰੀਬ ਦੀ ਜਵਾਨੀ ਅਤੇ ਪੋਹ ਦੀ ਚਾਨਣੀ ਵਹੀ ਲੰਘ ਜਾਂਦੀ ਹੈ। ਤਾਂ ਹੁਣ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੂੰ ਗੌਰਮੈਂਟ ਜੋਬ ਦੇ ਵਿੱਚ ਲਿਆਂਦਾ ਗਿਆ ਉਹ 12 ਸਾਲਾਂ ਬਾਅਦ ਆਏ ਨੇ, ਅਤੇ 12 ਸਾਲਾਂ ਬਾਅਦ ਆਣ ਕੇ ਅਜੇ ਵੀ ਉਹਨਾਂ ਨੇ ਬੇਸਿਕ ਪੇ ਦੇ ਕੰਮ ਕਰਨਾ, ਅਤੇ ਜਦੋਂ ਕਿ ਉਹਨਾਂ ਦੇ ਨਾਲ ਦਾ ਇੱਕ ਗਰੁੱਪ ਘੱਟ ਤੋਂ ਘੱਟ 165 ਉਹ ਗਰੁੱਪ ਨੇ ਜਿਹੜੇ ਉਹਨਾਂ ਦੇ ਨਾਲ ਹੀ ਕੰਮ ਕਰਦੇ ਆ, ਉਹਨਾਂ ਨੂੰ ਉਸ ਤੋਂ ਜ਼ਿਆਦਾ ਜਾਂ ਇਹਨਾਂ ਸ਼ਰਤਾਂ ਦੇ ਅਨੁਸਾਰ ਕੰਮ ਨਹੀਂ ਕਰਨਾ ਪੈਣਾ। ਉਹਨਾਂ ਨੂੰ 70-80 ਹਜ਼ਾਰ ਰੁਪਈਆ ਮਹੀਨੇ ਦਾ ਮਿਲ ਰਿਹਾ, ਉਹ ਵੀ 1 ਸਾਲ ਤੋਂ ਪਹਿਲਾਂ, ਉਹ 2013 ਤੋਂ ਨਹੀਂ। ਅਤੇ ਇਹ ਇਹਨਾਂ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਇੰਨੀਆਂ ਖੁਸ਼ੀਆਂ ਨਹੀਂ ਇਹਨਾਂ ਨੂੰ ਹੋਈਆਂ ਜਿਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਮੈਨੂੰ ਮੁਬਾਰਕਬਾਦ ਦਿੱਤੀ ਆ। ਤਾਂ ਇਹ ਮੁਬਾਰਕਬਾਦ ਇਹ ਉਹਨਾਂ ਵਾਸਤੇ ਤਾਂ ਜ਼ਰੂਰ ਆ, ਪੰਜਾਬ ਦੇ ਉਹਨਾਂ 36,100 ਮੁਲਾਜ਼ਮਾਂ ਵਾਸਤੇ ਜਿਹੜੇ ਬੀਤੇ 10-10 ਸਾਲਾਂ ਤੋਂ ਧੱਕੇ ਖਾਣ ਡੇ ਆ। ਤਾਂ ਉਹਨਾਂ ਨੂੰ ਘੱਟ ਤੋਂ ਘੱਟ ਸਰਕਾਰ ਨੂੰ ਇਹ ਚਾਹੀਦਾ ਕਿ ਜੇ ਪਰਮਾਨੈਂਟ ਕੀਤਾ, ਬਿਲਕੁਲ ਨਿਰਸੰਦੇਹ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ ਹੈ, ਪਰ ਘੱਟ ਤੋਂ ਘੱਟ ਉਹਨਾਂ ਨੂੰ ਇਹ ਨਵੀਆਂ ਸ਼ਰਤਾਂ ਦੇ ਅਨੁਸਾਰ ਨਹੀਂ ਰੱਖਣਾ ਚਾਹੀਦਾ, ਬਲਕਿ ਪਿਛਲੇ ਦੌਰ 'ਚ ਨਿਭਾਇਆ ਗਿਆ ਜੋ ਉਹਨਾਂ ਦਾ ਕਾਰਜ ਕਾਲ ਹੈ ਉਹਦੇ ਆਧਾਰ 'ਤੇ ਹੀ ਉਹਨਾਂ ਨੂੰ ਅਗਰ ਕੁਝ ਦੇ ਦਿੱਤਾ ਜਾਵੇ ਤਾਂ ਘੱਟ ਤੋਂ ਘੱਟ ਥੋੜ੍ਹਾ ਜਿਹਾ ਸਕੂਨ ਤਾਂ ਉਹਨਾਂ ਨੂੰ ਮਿਲਦਾ, ਕਿਉਂਕਿ 10-10 ਸਾਲ ਅਗਲਿਆਂ ਨੇ ਵਹਿ ਨੌਕਰੀ 'ਚ ਅਡਾਹਕ 'ਤੇ ਲਾ ਤੇ ਜਾਂ ਕੰਟਰੈਕਟ 'ਤੇ ਲਾ ਤੇ, ਅਤੇ ਜੇ 3 ਸਾਲ ਫਿਰ ਤੁਹਾਨੂੰ ਪ੍ਰੋਬੇਸ਼ਨ ਪੀਰੀਅਡ 'ਤੇ ਰੱਖਿਆ ਜਾਣਾ ਅਤੇ ਮੁੱਢ ਦੀ ਤਨਖਾਹ 'ਤੇ ਕੰਮ ਕਰਨਾ, ਤਾਂ ਉਹਨਾਂ ਚਿਰ ਨੂੰ ਤਾਂ ਆਪਣੇ ਮਾਨ ਸਾਹਿਬ ਕਈ ਬੰਦੇ ਉਮਰਾਂ ਵਿਹਾ ਚੁੱਕੇ ਹੁੰਦੇ ਆ। ਤਾਂ ਚਲੋ ਫਿਰ ਵੀ ਖੁਸ਼ੀਆਂ ਕਿਸੇ ਪੱਖ ਤੋਂ ਹੋਣ, ਖੁਸ਼ੀਆਂ ਤਾਂ ਖੁਸ਼ੀਆਂ ਹੀ ਆ ਜੀ, ਤੁਹਾਡੀਆਂ ਖੁਸ਼ੀਆਂ ਸਿਰ ਮੱਥੇ ਜੀ, ਅਤੇ ਕੋਈ ਗੱਲ ਨਹੀਂ, ਜੋ ਮੂੰਹ ਮਿੱਠਾ ਜ਼ਰੂਰ ਕਰਾਵਾਂਗੇ ਜੀ, ਤੁਸੀਂ ਆਓ, ਪਰਮਾਤਮਾ ਹਰ ਬੰਦੇ ਨੂੰ ਇਹ ਖੁਸ਼ੀਆਂ ਬਖਸ਼ੇ। ਅਤੇ ਜਿਹੜੀ ਗੱਲ ਅੱਜ ਤੁਸੀਂ ਕੀਤੀ ਕਿ ਆਪਣੀ ਭੂਮਿਕਾ ਦੇ ਵਿੱਚ ਬੜੇ ਵਿਸਥਾਰ ਸਹਿਤ ਬੜੇ ਲੰਮੇ ਪ੍ਰਸ਼ਨ ਜਿਹੜੇ ਤੁਸੀਂ ਮੈਨੂੰ ਕੀਤੇ ਆ, ਤਾਂ ਉਹਨਾਂ ਪ੍ਰਸ਼ਨਾਂ ਵੱਲ ਆਉਂਦੇ, ਕਿਉਂਕਿ ਆਪਾਂ ਜਿਹੜਾ ਮੁੱਢਲਾ ਕੰਮ ਹੈਗਾ ਆਪਾਂ ਉਹਨਾਂ ਦੀ ਗੱਲ ਕਰੀਏ। ਦੇਖੋ, ਜੋ ਅੱਜ ਚੰਨੀ ਸਰਕਾਰ ਨੇ 3 ਇਹ ਫੈਸਲੇ ਕੀਤੇ, ਇੱਕ ਤਾਂ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਗੱਲ ਕੀਤੀ, ਔਰ ਦੂਜੇ ਪਾਸੇ ਕੱਚੇ ਮੁਲਾਜ਼ਮ ਜਿਹੜਾ ਬੜੇ ਬਿਲਕੁਲ ਸਹੀ ਗੱਲ ਕਿ 14-14 15-15 ਸਾਲ ਹੋ ਚੱਲੇ ਇਹਨਾਂ ਮੁੱਦਿਆਂ ਨੂੰ ਲਟਕਦੇ ਆ, ਇੰਨੀਆਂ ਸਰਕਾਰਾਂ ਆਈਆਂ,
कि सरकार ने यह काम नहीं किया। ईवन कैप्टन अमरिंदर सिंह ने भी नहीं किया ये, पर वेखो जे चन्नी सरकार की कोई मंशा सी तां उन्हें वो करके विखाया। तो सरकार दे इस कदम की शलाघा जरूर करनी चाहिए है। घट्टो घट मान साहब 58 साल जिहदे घर च चुल्हा बलना, तो जे परमात्मा ना करे कोई बंदा इस समय च स्वर्गवास भी हो जाता, परमात्मा सारे लंबी लंबी उम्र बख्शे, तां तरस के आधार से मैं वो गल लगा कदों जीवन के सच नाल संबंधित ने किसी नूं नौकरी मिल जूगी ਤਾਂ ਕਿ ਘਰਵਾਲੇ ਨੂੰ ਜਾਂ ਕਿਸੇ ਜਨਾਨੀ ਨੂੰ ਪੈਨਸ਼ਨ, ਪੈਨਸ਼ਨ ਤਾਂ ਚਲੋ ਹੈ ਹੀ ਨਹੀਂ ਕਿਸੇ ਦਾ, ਰੋਟੀ ਪਾਣੀ ਤਾਂ ਚੱਲੂਗਾ ਹੀ ਚੱਲੂਗਾ। ਚਲੋ ਸਰਕਾਰ ਦੇ, ਚੰਨੀ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕਰਦੇ ਹਾਂ। ਚਲੋ ਹੁਣ ਆਪਾਂ ਅਸਲੀ ਮੁੱਦੇ ਵੱਲ ਆਉਂਦੇ ਹਾਂ। ਜਿਸ ਤਰੀਕੇ ਨਾਲ ਇਹ ਮੁੱਦੇ ਸੀ ਤਾਂ ਇਸ ਤੋਂ ਜਿਹੜਾ ਮਹੱਤਵਪੂਰਨ ਮੁੱਦਾ ਸੀ ਉਹ ਈਜ਼ੀ ਦੀ ਔਰ ਦੂਸਰੇ ਪਾਸੇ ਡੀ ਸੀ ਪੀ ਦੀ ਨਿਯੁਕਤੀ ਨੂੰ ਰੱਦ ਕਰਨ ਸੰਬੰਧੀ ਸੀ, ਜਿਹਦੇ ਸੰਬੰਧੀ ਨਵਜੋਤ ਸਿੰਘ ਸਿੱਧੂ ਬੀਤੇ ਦਿਨਾਂ ਤੋਂ ਬੜੇ ਹਮਲਾਵਰ ਰੁੱਖ ਜਿਹੜਾ ਅਪਣਾ ਰਹੇ ਸੀ। ਤਾਂ ਅੱਜ ਚਰਨਜੀਤ ਸਿੰਘ ਚੰਨੀ ਹੋਣਾ ਨੇ ਕਿਹਾ ਤਾਂ ਜੀ ਇਹ ਏਜੀ ਏ ਪੀ ਸਿੰਘ ਦਿਓਲ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਗਿਆ। ਤਾਂ ਆਪਣੇ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਸਾਹਿਬ ਦੇ ਸੱਜੇ ਪਾਸੇ ਬੈਠੇ ਸੀ, ਦੂਜੇ ਬੰਨੇ ਚਲੋ ਹੋਰ ਮੰਤਰੀ ਬੈਠੇ ਸੀ। ਪਰ ਮੈਨੂੰ ਇੱਕ ਆਪਣੇ ਮਾਨ ਸਾਹਿਬ ਇਹ ਸਮਝ ਨਹੀਂ ਲੱਗੀ ਕਿ ਅਸਤੀਫਾ ਅਸਤੀਫਾ ਤਾਂ ਆਪਾਂ ਆਪਣੇ ਚੈਨਲ 'ਤੇ ਵਿਖਾ ਵੀ ਦਿੱਤਾ ਸੀ ਜਿਸ ਦਿਨ ਦਾ ਆਇਆ, ਤਾਂ ਉਸ ਵਕਤ ਚਰਨਜੀਤ ਸਿੰਘ ਚੰਨੀ ਹੋਣਾ ਦੀ ਕੀ ਮਜਬੂਰੀ ਸੀ ਕਿ ਇਸ ਅਸਤੀਫੇ ਨੂੰ ਉਹ ਮਨਜ਼ੂਰ ਕਰਨ ਦੀ ਆਪਣੇ ਕਹਿ ਸਕਦੇ ਹਾਂ ਕਿ ਸਥਿਤੀ ਵਿੱਚ ਹੀ ਨਹੀਂ ਸਨ, ਉਹਨਾਂ ਨੇ ਕਿਉਂ ਨਹੀਂ ਮਨਜ਼ੂਰ ਕੀਤਾ। ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਅਸਤੀਫਾ ਆਇਆ, ਬਲਕਿ ਪੂਰਨ ਤੌਰ 'ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ 'ਤੇ ਨਵਜੋਤ ਸਿੱਧੂ ਨਾਲ ਅਖੀਰਲੇ ਫਰੰਟ ਤੱਕ ਹਰ ਲੜਾਈ ਲੜੀ ਔਰ ਉਹ ਵੀ ਹਥਿਆਰ ਵਰਤਦੇ ਆ ਜਿਹਦੇ ਵਿੱਚ ਇੱਕ ਆਮ ਅਧਿਕਾਰੀ ਜਿਹੜਾ ਉਸ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਚੈਲੰਜ ਕਰ ਰਿਹਾ ਜਾਂ ਉਸਨੂੰ ਪ੍ਰਸ਼ਨ ਕਰ ਰਿਹਾ, ਜਿਹਦੀ ਨਿਯੁਕਤੀ ਉਸੇ ਪਾਰਟੀ ਦੇ ਮੁੱਖ ਮੰਤਰੀ ਨੇ ਕੀਤੀ ਹੈ। ਤਾਂ ਬੜਾ ਕੁਝ ਇਹਨਾਂ ਰਾਜਨੀਤਿਕ ਦਾਇਰਿਆਂ ਦੇ ਪਿਛਲੇ ਪਰਦਿਆਂ ਦੇ ਪਿੱਛੇ ਘਟਨਾਵਾਂ ਵਾਪਰੀਆਂ ਕਿ ਕਿਸੇ ਵੀ ਸੂਰਤ ਦੇ ਵਿੱਚ ਆਹ ਜਿਹੜੀ ਮੌਜੂਦਾ ਚੰਨੀ ਸਰਕਾਰ ਹੈ, ਚਲੋ ਚੰਨੀ ਸਰਕਾਰ 'ਤੇ ਗੱਲ ਨਜ਼ਲਾ ਤਾਂ ਡਿੱਗਣਾ, ਇਹ ਕਿਸੇ ਵੀ ਸੂਰਤ ਦੇ ਵਿੱਚ ਇਹ ਨਹੀਂ ਸੀ ਚਾਹੁੰਦੀ ਕਿ ਇਹ ਪ੍ਰਭਾਵ ਜਾਵੇ ਕਿ ਨਵਜੋਤ ਸਿੱਧੂ ਪੰਜਾਬ ਦੀ ਸਮੁੱਚੀ ਕਾਂਗਰਸ ਨੂੰ ਚਲਾ ਰਿਹਾ। ਉਹਨਾਂ ਦਾ ਪ੍ਰਭਾਵ ਇਹ ਜਿਹੜਾ ਪ੍ਰਭਾਵ ਮੇਰਾ ਨਹੀਂ ਖਿਆਲ ਕਿ ਚਰਨਜੀਤ ਸਿੰਘ ਚੰਨੀ ਦਾ ਸੀ, ਬਲਕਿ ਇੱਕ ਮਾਲਵੇ ਦੇ ਇੱਕ ਸਰਦਾਰ ਤਾਂ ਸੀ, ਉੱਚਾ ਲੰਮਾ ਗੱਭਰੂ ਪੱਲੇ ਠਿਕਰੀਆਂ, ਮਤਲਬ ਉਹਦਾ ਹੀ ਮੇਰਾ ਖਿਆਲ ਇਹ ਸਾਰਾ ਕੁਝ ਸੀ ਜਿਹਦੇ ਆਧਾਰ 'ਤੇ ਹੀ ਇਹ ਜਿਹੜੀਆਂ ਨਿਯੁਕਤੀਆਂ ਜਿਹੜੀਆਂ ਹੋਈਆਂ ਸਨ। ਤਾਂ ਅਖੀਰ ਤੱਕ ਇਹਨਾਂ ਨਿਯੁਕਤੀਆਂ ਨੂੰ ਰੱਦ ਕਰਨ ਦੀ ਚਰਨਜੀਤ ਸਿੰਘ ਚੰਨੀ ਦੇ ਹੱਥ ਤਾਕਤ ਹੀ ਨਹੀਂ ਸੀ ਕਿ ਇਹਨਾਂ ਨਿਯੁਕਤੀਆਂ ਨੂੰ ਰੱਦ ਕਰਕੇ ਉਸ ਬੰਦੇ ਨੂੰ ਇਗਨੋਰ ਕਰੇ ਜਾਂ ਜਿਹੜਾ ਬੰਦਾ ਉਸ ਦਿਨ ਤੁਹਾਡੀ ਪੈਰਵੀ ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਲੈ ਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਤੱਕ, ਉਸ ਤੋਂ ਮਗਰੋਂ ਜਿੱਥੇ ਗਿਆਨੀ ਦੀ ਦੁਕਾਨ 'ਤੇ ਚਾਹ ਪੀਂਦੇ ਤੱਕ ਤੁਹਾਡੇ ਨਾਲ ਹੱਥ ਨਾਲ ਹੱਥ ਮਿਲਾਉਂਦੇ ਨਜ਼ਰ ਆਏ। ਬਾਕੀ ਤਾਕਤਾਂ ਜਿਹੜੀਆਂ ਕੁਰਸੀਆਂ ਹੁੰਦੀਆਂ ਨੇ ਬੰਦੇ ਦੀਆਂ ਵਫ਼ਾਦਾਰੀਆਂ ਬਦਲਣ ਲੱਗੀਆਂ, ਮਾਨ ਸਾਹਿਬ ਮਿੰਟ ਨੀਚੇ ਰਹਿੰਦੀਆਂ, ਤਾਂ ਉਹ ਸਭ ਕੁਝ ਸਾਹਮਣੇ ਆਇਆ। ਪਰ ਇਹ ਜਿਹੜੀ ਜਿੱਤ ਆ, ਅਸੀਂ ਇਹ ਜਿੱਤ ਮੈਂ ਕਿ ਆਪਣੇ ਕਿਸੇ ਹੋਰ ਸਹਿਯੋਗੀ ਚੈਨਲ 'ਤੇ ਗੱਲ ਕਰ ਰਿਹਾ ਸਾਂ, ਤਾਂ ਉਹਨਾਂ ਨੇ ਮੈਨੂੰ ਐਂਕਰ ਮਾਨਯੋਗ ਐਂਕਰ ਨੇ ਇਹ ਗੱਲ ਕਹੀ ਕਿ ਇਹ ਨਵਜੋਤ ਸਿੱਧੂ ਦੀ ਜਿੱਤ ਅਸੀਂ ਕਹਿ ਸਕਦੇ। ਮੈਂ ਕਿਹਾ ਨਹੀਂ, ਨਵਜੋਤ ਸਿੱਧੂ ਦੀ ਜਿੱਤ ਨਹੀਂ ਆ, ਇਹ ਜਿੱਤ ਪੰਜਾਬ 'ਤੇ ਉਹਨਾਂ ਪੰਜਾਬੀ ਅਤੇ ਪੰਜਾਬੀ ਦੇ ਅਲੰਬਰਦਾਰ ਜਾਂ ਪੰਜਾਬ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਨੇ ਉਸ ਵਿਅਕਤੀ ਦੀ ਜਿੱਤ ਆ ਜਿਹੜੇ ਪੰਜਾਬ ਦੇ ਵਾਸੀਆਂ ਦੀ ਪ੍ਰਤੀਨਿਧਤਾ ਕਰਦਾ। ਤਾਂ ਠੀਕ ਆ, ਇਹਦੇ ਵਿੱਚ ਨਵਜੋਤ ਸਿੱਧੂ ਦਾ ਤਾਂ ਕੋਈ ਫਾਇਦਾ ਹੈ ਹੀ ਨਹੀਂ। ਨਵਜੋਤ ਸਿੱਧੂ ਨੇ ਕਿਹੜਾ, ਉਹਦਾ ਜਿਹੜਾ ਏਜੀ ਸੀ ਉਹ ਕਿਹੜਾ ਨਵਜੋਤ ਸਿੱਧੂ ਦੇ ਪਰਸਨ ਕੋਈ ਕੇਸਾਂ ਦੇ ਖਿਲਾਫ ਉਹਨੇ ਕੋਈ ਗੱਲ ਕੀਤਾ ਸੀ? ਉਹ ਬੰਦੇ ਨੇ ਉਹਨਾਂ ਲੋਕਾਂ ਦੀ ਗੱਲ ਕੀਤੀ ਜਿਹੜੇ ਲੋਕ 2015 ਤੋਂ ਲੈ ਕੇ ਅਤੇ 2021 ਤੱਕ ਇਹਦੇ ਭੁੰਦੇ ਰਹੇ ਨੇ ਜਾਂ ਜਿਸ ਤਰੀਕੇ ਨਾਲ ਇਹਦਾ ਅਜ਼ਮਾਨਾ ਭੁਗਤਦੇ ਰਹੇ ਨੇ। ਤਾਂ ਉਹਦੇ ਵਿੱਚ ਕੁਦਰਤੀ ਤੌਰ 'ਤੇ ਜੇਕਰ ਨਵਜੋਤ ਸਿੱਧੂ ਲੋਕਾਂ ਉਹਨਾਂ ਲੋਕਾਂ ਦੀ ਆਵਾਜ਼ ਬਣ ਕੇ ਸਾਹਮਣੇ ਆਇਆ ਜਿਹੜੇ ਲੋਕ 2015 ਤੋਂ ਲੈ ਕੇ 2021 ਤੱਕ ਇਹਨਾਂ ਸਾਜ਼ਿਸ਼ਾਂ ਦਾ ਸ਼ਿਕਾਰ ਰਹੇ ਆ, ਤਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਭੁਗਤਣਾ ਪਿਆ ਅਤੇ ਕਿਸ ਤਰੀਕੇ ਨਾਲ ਇਹ ਵਿਅਕਤੀ ਉਹਨਾਂ ਲੋਕਾਂ ਨੂੰ ਬਚਾਉਂਦੇ ਰਹੇ, ਚਾਹੇ ਉਹ ਸਮੇਸ਼ ਸੈਣੀ ਹੋਵੇ ਜਾਂ ਏ ਡੀ ਜੀ ਪੀ ਜਿਹੜਾ ਸੀ ਸੁਖਬੀਰ ਬਾਦਲ ਨੂੰ ਕਲੀਨ ਚਿੱਟ ਦਿੰਦਾ ਰਿਹਾ। ਤਾਂ ਜਿਸ ਤਰੀਕੇ ਨਾਲ ਇਹੋ ਹੀ ਅਕਬਾਲਪ੍ਰੀਤ ਸਿੰਘ ਸੋਤਾ ਸੀ ਜਿਹੜੇ ਦੋ ਵਿਅਕਤੀਆਂ ਨੂੰ ਜਿਹਨਾਂ ਨੂੰ ਕੁੱਟ ਕੇ ਮਾਰ ਕੇ ਕਈ ਕੁਛ ਤਸ਼ੱਦਦ ਕੀਤਾ, ਤਾਂ ਉਹਨਾਂ ਕੋਲ ਜਬਰੀ ਬਿਆਨ ਦਵਾਏ। ਤਾਂ ਜੇਕਰ ਨਵਜੋਤ ਸਿੱਧੂ ਨੇ ਇਹਨਾਂ ਦੇ ਸੰਬੰਧ ਵਿੱਚ ਆਵਾਜ਼ ਉਠਾਈ ਔਰ ਉਸ ਆਵਾਜ਼ ਨੂੰ ਅੱਜ ਕਿਸ ਹੱਦ ਤੱਕ ਬੂਰ ਪਿਆ, ਅਜੇ ਬੂਰ ਪੂਰਨ ਤੌਰ 'ਤੇ ਪਿਆ ਨਹੀਂ ਆ, ਅਜੇ ਬੂਰ ਪੈਣਾ, ਤਾਂ ਉਦਣ ਪਏਗਾ ਜਦੋਂ ਅਸਲ ਬੇਅਦਬੀ ਦੇ ਦੋਸ਼ੀ ਜਿਹੜੇ ਨੇ ਸਿੱਖਾਂ ਦੇ ਪਿੱਛੇ ਹੋਣਗੇ। ਤਾਂ ਠੀਕ ਹੈ, ਨਵਜੋਤ ਸਿੱਧੂ ਦੇ ਇਸ ਪਹਿਲੇ ਕਦਮ ਨੂੰ ਬੂਰ ਪਿਆ, ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨੂੰ ਥੋੜ੍ਹਾ ਜਿਹਾ ਹਲਾਰਾ ਮਿਲਿਆ ਕਿ ਹਾਂ ਉਸ ਮੁੱਦੇ ਨੇ ਮੁੱਦਿਆਂ ਦੀ ਆਵਾਜ਼ ਉਠਾਈ। ਤਾਂ ਕੁਦਰਤੀ ਤੌਰ 'ਤੇ ਅੱਜ ਪੰਜਾਬ ਸਰਕਾਰ ਦੇ ਇਹ ਜਿਹੜੇ ਦੋ ਤਿੰਨ ਫੈਸਲੇ ਸੀ ਬੜੇ ਮਹੱਤਵਪੂਰਨ ਨੇ, ਪਰ ਇਹ ਚੰਗਾ ਸੀ
कि खास तौर पर बेशक आ जो कच्चे मुलाजम पक्के करना रेत माइनिंग करना मुद्दा होर यहोजे मुद्दे बिजली सस्तीकरण का मुद्दा ज पेट्रोल से वैट हटाने का मुद्दा ये बेशक बाद च कर देंगे पर जो मुद्दे से जिन्हों की संबंध में नवजोत सिद्धू ने आवाज उठाई सी जरूरी सी वह मुद्दे पहले ही हल कर ले जाते इन खलारा ना पैंदा ते आम विरोधी पार्टियां यह कह का मौका ना मिलता कि नवजोत सिंह सिद्धू या चरणजीत सिंह चन्नी के टकराव चलता पाया। बाकी ठीक है सरकार के बहुत वधिया कदम ने निरसंदेह सरकार के बहुत चरणजीत सिंह चन्नी ने वो कम किए ने जिहड़े पिछले 15 साल तो नहीं हुए पूर्ण तौर पर हुए ने 10 साल बादलों की सरकार रही किसी ने कख नहीं किया उन्होंने मुलाजमान भर्ती करने संबंधी नोटिफिकेशन जारी किया अगले दिन ही कोर्ट ऑफ कंडक्ट लग गया पता सी विधानसभा का सैशन नहीं बुलाया जाना कैप्टन अमरिंदर सिंह हुणी इस्तीफा फार्म तो नहीं निकले कोरोना का बहुत कहर सी कर ही कख नहीं सके तो चलो जेकर चरणजीत सिंह चन्नी ने यह काम किया तो इसकी शलाका जी करनी बनती है। जी मान साहब ਸੋਨਕੀ ਸਾਹਿਬ ਜਿਵੇਂ ਹੁਣ ਆਪਾਂ ਸ਼ੁਰੂਆਤ ਗੱਲ ਕੀਤੀ ਸੀਗੀ ਕਿਉਂਕਿ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਹੁੰਦੀ ਹੈ ਉਹ ਆਪਣੀ ਆਵਾਜ਼ ਹੁੰਦੀ ਉਹ ਆਵਾਮ ਦੀ ਆਵਾਜ਼ ਹੁੰਦੀ ਹੈ ਪੰਜਾਬ ਦੇ ਲੋਕਾਂ ਦੀ ਆਵਾਜ਼ ਹੁੰਦੀ ਹੈ ਸੋ ਪੰਜਾਬ ਦੇ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਣੀ ਸ਼ੁਰੂ ਹੋ ਗਈ ਆਪਾਂ ਇਹ ਗੱਲ ਕਹਿ ਸਕਦੇ ਵੀ ਹੁਣ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਣੀ ਸ਼ੁਰੂ ਹੋ ਗਈ ਤੇ ਲੋਕਾਂ ਦਾ ਦਬਾਅ ਮੈਂ ਨਵਜੋਤ ਸਿੰਘ ਸਿੱਧੂ ਦੀ ਗੱਲ ਨਹੀਂ ਕਰਾਂਗਾ ਲੋਕਾਂ ਦਾ ਦਬਾਅ ਸਰਕਾਰ ਦੇ ਉੱਪਰ ਬਣਨਾ ਸ਼ੁਰੂ ਹੋ ਗਿਆ ਹੁਣ ਜੇ ਆਪਾਂ ਅਗਲੇ ਮੁੱਦਿਆਂ ਦੀ ਗੱਲ ਕਰੀਏ ਕਿਉਂਕਿ ਦੋ ਮੇਨ ਲੜਾਈਆਂ ਜਿੱਥੋਂ ਸ਼ੁਰੂ ਹੋਈ ਸੀ ਨਵਜੋਤ ਸਿੰਘ ਸਿੱਧੂ ਦੀ ਲੜਾਈ अपनी सरकार के नाल भावें 18-31 मुद्दे से लेकिन सब तो वध जो चन्नी सरकार नूं टारगेट कर रही थी तो इन्हां नियुक्तियां ने कर रही थी यह नियुक्तियां एक अज रद्द हो चुकी है अस्तीफा प्रवान हो चुका है दूसरे बारे पैनल वास्ते नाम चले गए ने उस भी बड़ी जल्दी आ जाए तो DGP भी अपने अहुदे तो उतार दिते जाण हुण जे गल करिए अगले मुद्दों की जिहड़े मेन मुद्दे ने बरगाड़ी मुद्दा की नवजोत सिंह सिद्धू तो हुण तेवर थोड़े जिहे शांत हो जाणगे जां फिर उसे तरह वो पंजाब सरकार नूं फिर तो अगले मुद्दे वाल केंद्रित करने के लिए लगातार वार्ते कर रहे हैं किस तरह का रवैया रहने वाला नवजोत सिंह सिद्धू का अगले दिनों के देखो जेकर तुसीं प्रेस कॉन्फ्रेंस देखी हो जिहड़ी चरणजीत सिंह चन्नी और अपने नवजोत सिंह सिद्धू की सी जदों नवजोत सिंह सिद्धू बोलता पिया सी तां उस समय पंजाब के मुख्यमंत्री चरणजीत सिंह चन्नी नवजोत सिद्धू के खब्बे पासे बैठे सी तो उन्होंने जी वेखनी सी जी बॉडी लैंग्वेज सी कि चरणजीत सिंह चन्नी होना दी नवजोत सिद्धू वाल इस तरह की सी कि नवजोत सिद्धू इस चलती प्रेस कॉन्फ्रेंस के विच कहिंदे उहदे खिलाफ कुछ कह ना दे वो डरिया सी कि जिस तरीके की ये पता नहीं लोगों ने प्रेस वाले ने नोट किया कि नहीं किया अं अपने चैनल से मैं ये तुहाडे नाल शेयर कर रहा कि चरणजीत सिंह चन्नी बैठा तो जरूर सी तो नवजोत सिद्धू बोलता पिया सी तो उस वे चरणजीत सिंह चन्नी की स्थिति बॉडी लैंग्वेज उसकी अखां की दृष्टि किस तरीके एक्शन जो नोट कर रहा है नवजोत सिद्धू के कि पता नहीं इन्हें किहड़े वक्त किहड़ी गल कह देनी है तो किहड़ी गल उन्हें नहीं कह देनी हालांकि नवजोत सिद्धू ने वो अज भी तम जरा तेलंगाना का जो शराब का मुद्दा वो संबंधी गल की खजाने भरन की गल की तो वाकई नवजोत सिंह सिद्धू जदों चरणजीत सिंह चन्नी दे बैठा पता लाके बैठा प्रेस कॉन्फ्रेंस में अपना पक्ष दख रहा है तो उस वे जिहड़ियां स्थितियां चलो चलो शायद वो ठीक नहीं मेरा कहना बड़िया स्थितियां इहो जिहियां सन कि दृष्टि जिहड़ी सी बिल्कुल अलग अलग जिहड़ी नज़र आ रही सी तां कहिण दा अर्थ है कि अज जदों प्रेस कॉन्फ्रेंस शुरू हुई तो चरणजीत सिंह चन्नी होना एक पंजाबी का वो तुसीं दा बड़े नामी एंकर जो इस तरह का एक गीत है कि नाल चलूगी नाल तेरे के टिकटा दो लैनी इस तरह की एक बोली उन्होंने पा के गल नवजोत सिद्धू नूं अपने नाल लाउण दा यतन किया पर नवजोत सिद्धू तो फिर सिद्धू ही है उन्हें फिर बख्शिया नहीं थोड़ा जिहा उन्हें मौका मिले उन्हें अपना पूरा दसता कि वाकई जेकर पंजाब दे रोड मैप का एक उहदे कोल कोई नतीजा है जां रोड मैप वास्ते उहदे कोल कुछ डेटा है तो वाकई नवजोत सिद्धू को है उन्हें कली कली तत्थ उन्हें पेश किए तो जिन्हों का जवाब जो लागे नवजोत अपने पंजाब के मुख्यमंत्री चरणजीत सिंह चन्नी होना के खब्बे पासे बैठे जो मंत्री सन उन्हों को भी यहोजा रोड मैप नहीं सी है यहोजा डेटा नहीं सी है जिहड़ा नवजोत सिद्धू पेश करता पिया सी तां कहण दा अर्थ तुहाडे प्रश्न का जवाब यह है नवजोत सिद्धू अपनी आदत के अनुसार उन्हें टलना नहीं है उन्हें अपनी सरकार नूं घेर दे रहना उन्हें यह गल कही है कि वह चीज़ा दो रोड मैप जो चीज़ा दो पंजाब के लोगों जो 2 या 4 महीने ना रहन बल्कि अगले 5 साल तक
लोगों को सहूलत मिलती रहन। ये हुण गल जो भी है ये पंजाब सरकार से निर्भर करती है कि किस तरीके नवजोत सिद्धू नाल रखना। इतने मैं ये गल कह देव कि नवजोत सिद्धू ये कित भी वह निजी पत्र का कोई फायदा नहीं सी, ना ही कोई दिखाई दिता, तो ना ही उन्हें गल की, ना ही उन्हें अपनी जवाई में जिस तरह दूजे ने कहते ए डी जी पी ओ ए जी लवाया, असिस्टेंट ए जी लवाया, ना कोई इदा ना अपने मुंडे कोई चेयरमैन लवाया, ना अपनी कुड़ी में लवाया, ना किसी को दूरों नेड़े रिश्तेदार लवाया, उन्हें कख नहीं किया। वह अज भी शराब के मुद्दे के उत्ते किस तरीके पंजाब का खजाना भर सकता उसकी गल की, रेत के मुद्दे से किस तरीके गल की, उन्हें ये गल्लां कीतियां ते सरकार की उन्हें शलाघा भी की। यह हुण चन्नी सरकार से निर्भर करता कि किस हद तक नवजोत सिद्धू नूं उन्होंने अपने नाल लैके चलना ते किस तरीके नाल उन्हूं इग्नोर करना, यह हुण चन्नी सरकार के हाथ हैगा। जो भी है मैनू इस तरह लगता, जो मैं नोट किया, चरणजीत सिंह चन्नी हुणी पूर्ण तौर पर नवजोत सिद्धू नूं नाल लैके चलण दे चाहवान ने, उन्होंने बोल जो बॉडी लैंग्वेज जो भी है, पर कुछ यहोजे व्यक्ति ने जे कदे नहीं चाहते कि यह दो जने एक प्लेटफार्म से आ के पंजाब के लोगों का भला कर सकन। उन्होंने निजी मफाद जे कुछ हैं यहोजे जे इन टकराव पैदा करते रहेंगे। चलो वक्री गल आ, नुकसान जेकर नवजोत वेखो नवजोत सिद्धू की शख्सियत इदा दी है कि वह नुकसान कर रहा एम एल ए अच भी है, और जेकर कल तो किसी भी थान तो जित जे उन्होंने कोई इलैक्शन लड़न की लड़ नहीं, वो वैसे जित सकता, किसी भी पार्टी वाल चल जाए वो जित सकता, पर नुकसान जोड़ा वो कांग्रेस पार्टी होना। तो जेकर अज कांग्रेस हाईकमांड ने थोड़ी जी उत्थे पेच कसिया तो ही चरणजीत सिंह चन्नी ने उस जगह पर नवजोत सिद्धू अपने लागे भालिया जिते अज तो चार दिन पहला पंजाब का एक सरकारता एक मंत्री सन नाल बैठे जो प्रेस कॉन्फ्रेंस वो कर सन जी। सो सर जिम्मे दसिया भी चरणजीत सिंह चन्नी नवजोत सिंह सिद्धू नाल लैके चलन के पक्ष के ने, क्योंकि उन्होंने पता है भी कद बड़ा नवजोत सिंह सिद्धू का, लोग आवाज बन चुकी है लोगों की नवजोत सिंह सिद्धू, लोग प्यार करते नवजोत सिंह सिद्धू नूं। हुण जेकर नवजोत सिंह सिद्धू और सीएम चन्नी जिम्मे नवजोत सिंह सिद्धू अगले मुद्दे से प्रैशर पाउणगे आने वाले समय के, जिम्मे सीएम चन्नी धड़ाधड़ ऐलान कर रहे हैं जो वड्डे फैसले लै रहे हैं, नवजोत सिंह सिद्धू नाल लैके चलते हैं कुछ होर मुद्दे हल कर दें जो उन्होंने को टाइम हजे बचा कोड ऑफ कंडक्ट तो पहला, कि पंजाब के समीकरण बदलने, क्योंकि किसी टाइम हम सोचा जा रहा जो आपस धड़ाबंदी चल रही थी, कांग्रेस भी काटो गले चल रही, पिछले दिन आप भी एनालिसिस करते भी कांग्रेस हाशिए वाले जाती नजर आ रही थी। हुण इन्हां जिवें दोवां की मिलनी हुई है, अज वड्डे वड्डे फैसले भी आए हैं, ए जी जी ते डी जी पी बारे भी गल हुई है, ए जी का अस्तीफा प्रवान हो गया, डी जी पी की जान की तैयारी बिल्कुल शुरू हो चुकी है, कि तुहानूं लगता जो दो नेता कट्ठे चलणगे समीकरण किस तरह के रहेंगे, पंजाब की राजनीति किस मोड़ पर जाएगी, तो 2022 कांग्रेस किस तरह प्रदर्शन करेगी। देखो पंजाब कांग्रेस के केवल दो धड़े नहीं है, चन्नी का जां अपने नवजोत सिंह सिद्धू का, नवजोत सिंह सिद्धू का धड़ा तो चलो वक्री गल, धड़ा सिर्फ ये दो नहीं रहे, धड़े बड़े बन चुके हैं। रवनीत सिंह बिट्टू कुछ बोलता, मालवे वाला सरदार कुछ बोलता, तो जिहड़ा डीएसपी जिहड़ा पिछले तरस के आधार पर अपने मुंडे को नौकरी दवा लगा वो कुछ बोलता, अज उन्हें जिस तरीके पंजाब के गृह मंत्री सुखजिंदर सिंह रंधावे फतेह जंग सिंह बाजवा ने घेरिया, ढाडा की ख्याल है, और नाल ही नाल तृप्त रजिंदर सिंह बाजवे घेरिया, तो तुहाडा की ख्याल है कि यह धड़ेबाजी खत्म हो जूगी, कांग्रेस पार्टी से धड़ेबाजी कदे खत्म नहीं होनी। फतेह जंग सिंह बाजवे का नाँ अज उन्हें इतों तक लाता कि तृप्त रजिंदर सिंह बाजवे के जिहड़े संबंध ने वह जरा एस एफ जे है वो जरा अपने पन्नू जरा है वो किस तरीके उन्होंने जोड़ते अपने फतेह जंग सिंह बाजवा जे धारी अपने कादिया हल्के तो एम एल ए ने एडा वड्डा इल्जाम पंजाब के कैबिनेट मंत्री के उत्ते लाउणा, ते किस आधार से जिहड़े बटाले तो अश्विनी सेखड़ी हरे हुए ने उहदे कहण दे अनुसार, ते उह सहारा किहदा लै रहे ने नवजोत सिद्धू का कि नवजोत सिद्धू नाल आ। सो कांग्रेस के विच धड़ेबाजी ये तुम जे कहो खत्म हो जूगी ये निजी होनी, इतने सब लोग आपो अपनी जिहड़ी हारी हुई वह लड़ाई लड़ते पे आ कि जिहड़ी समझदे कि अहीं सानूं टिकट मिल जाए, क्योंकि हर थां ते टिकट तो या हर थां ते अहुदे की लोड़ आ, उत्थे भरावां भरावां दी नहीं बनती। वह इतों तक जो फतेह जंग सिंह बाजवा तृप्त रजिंदर सिंह बाजवा तो यह कह सकता कि ये संबंध जिहड़े ने वो जिहड़े पा जिहड़े दूर बैठे ने अतवादियां जथेबंदियां नाल ने जां होर लोगों के नाल ने, तो फिर मान साहब इस कांग्रेस पार्टी का रब ही रखा, चलो ठीक है पंजाब के लोगों का भला हों हो लैन दो, कल कोई होर नवा सरदार आऊगा चाहे गिदड़बाह तो आए जित के चाहे कितों भी आए आना चाहिए, क्योंकि घट्टो घट जेकर यहोजे इन्हों के लल रहे इस कांग्रेस पार्टी के तो जरूरी है
कि इतने कोई सरकार पलटी हो घट्टो घट पता तो लगे कि चंडीगढ़ दी पौड़ियां जिहड़ियां नहीं चलदियां। तो नाल ही नाल ये भी गल कर लो कि जिस तरीके अज रमन महल कांग्रेस पार्टी नूं छड के आम आदमी पार्टी च शामिल होया ये झटके अजे आउंदिआं बहुत दिनां च लगणे आ। इह अज जेकर नवजोत सिद्धू चरणजीत सिंह चन्नी हुणां नाल बैठ के फोटोआं खिचाउंदिआं प्रैस कॉन्फ्रेंस कर ली ये लड़ाई एड्डी छेती खत्म होने वाली है दी जी। सारे कहिंदे आ मैं प्रियंका जी का गांधी जी का राहुल गांधी जी का सिपाही हाँ, पर सिपाही एक कमरे च अज तक कट्ठे नहीं जी हुए। कमांडर इन्हां दा एक नहीं जी बणिआ, सिपाही हर थां ते वख वख रहे। बाकी गल्लां बाद दीआं ने, इह धड़ेबंदी खत्म नहीं होनी जी। मान साहब सोलंकी साहब तुसीं गल्लबात करन लई साडे नाल जुड़े, उहदे लई तुहाडा बहुत बहुत धन्नवाद। बहुत बहुत शुक्रिया जी। प्रोफेसर मनजीत सिंह अणकी साहब जिन्होंने पंजाब दे अहम खबरां दे उपर एनालिसिस कीता, दस्सिया कि आने वाले टाइम दे विच 2022 दे चोणां दे विच की धड़ेबंदी कांग्रेस विचों खत्म होएगी, सियासी समीकरण की बनणगे, की कांग्रेस इक वार फिर तो पार्टी कांग्रेस पार्टी इक वार फिर तो सरकार बनाउण विच कामयाब होएगी, ते आने वाले समय दे विच किस तरह नवजोत सिंह सिद्धू फिर तो हमलावर हो सकते हैं, ते नवे मुद्दे नूं लैके पंजाब सरकार नूं घेर सकते हैं, ते पंजाब दे लोकां दी आवाज़ बन के लगातार विचरते रहेंगे। सो सानूं उम्मीद है प्रोफेसर अणकी द्वारा की हुई चर्चा तुहानूं जरूर पसंद आई होगी। तुहानूं इह चर्चा किस तरह लगी सानूं कमेंट करके जरूर दस्सिओ। अगले प्रोग्राम दे विच कुछ अहम खबरां दे उपर फिर तो करांगे विश्लेषण, मिलांगे इक वार फिर तो दोबारा, उद तक सानूं दिओ इजाजत, धन्नवाद।